ਇਹ ਜੀ ਪਹਿਲਾਂ ਸਵੇਰੇ 7 ਤਰੀਕ ਨੂੰ ਉਹਨਾਂ ਨੇ ਕੁੱਟਮਾਰ ਕੀਤੀ, ਘਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਨਿਹੰਗ ਲਿਆਂਦੇ ਅਣਪਛਾਤੇ ਬੰਦੇ ਨਾਲ ਆਏ ਉਹਨਾਂ ਦੇ, ਉਹ ਬੇਦਖਲਾ ਘਰ 'ਚੋਂ ਔਰ ਉਹ ਜ਼ਬਰਦਸਤੀ ਕੰਧ ਕਢਾਉਂਦੀ ਸੀਗੀ। ਮੈਣੇ ਥਾਣੇ ਦੇ ਮੁਨਸ਼ੀ ਨੇ ਕਿਸੇ ਨੂੰ ਨਹੀਂ ਭੇਜਿਆ, ਇੱਕ ਥਾਣੇਦਾਰ ਭੇਜਿਆ, ਉਹ ਫੋਟੋ ਖਿੱਚ ਕੇ ਮੁੜਿਆ ਇਕੱਲੇ ਉਹਨਾਂ ਤੋਂ। ਮੇਰੀ ਮਾਂ ਨੂੰ ਪਹਿਲਾਂ ਕੁੱਟਮਾਰ ਕੀਤੀ, ਫਿਰ ਤਿਲ ਪਾ ਕੇ ਅੱਗ ਲਾ ਲਈ। ਖਬਰ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਉਹਦੇ ਪਿੰਡ ਕਪੂਰੇ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਹੋਈ ਹੈ, ਜਿੱਥੇ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਨੂੰ, ਆਪਣੀ ਸਕੀ ਮਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ, ਅੱਗ ਲਾ ਕੇ ਉਸਦੀ ਬੁਰੀ ਹਾਲਤ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਜ਼ਮੀਨ ਨੂੰ ਲੈ ਕੇ ਜਿਹੜਾ ਵਿਵਾਦ ਹੈ ਉਹਨਾਂ ਦਾ ਚੱਲ ਰਿਹਾ ਸੀ, ਅਤੇ ਜ਼ਮੀਨ ਦੇ ਟੁਕੜੇ ਦੇ ਪਿੱਛੇ ਆਪਣੀ ਹੀ ਮਾਂ ਨੂੰ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਤਾਂ ਕਿਹਾ ਜਾ ਰਿਹਾ ਹੈ ਕਿ ਨੂੰਹ ਅਤੇ ਪੁੱਤ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਛੋਟੇ ਭਰਾ ਦੇ ਵੱਲੋਂ ਤੁਰੰਤ ਹੀ ਉਸਦੀ ਮਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਠੀਕ ਨਹੀਂ ਹੈ ਅਤੇ ਉਸਨੇ ਜਿੱਥੇ ਕਿ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਤਾਂ ਇਸ ਮੌਕੇ ਜਦੋਂ ਛੋਟੇ ਭਰਾ ਦੇ ਨਾਲ ਗੱਲਬਾਤ ਕੀਤੀ ਅਤੇ ਪੁਲਿਸ ਅਧਿਕਾਰੀਆਂ ਨਾਲ ਇਸ ਘਟਨਾ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। ਇਹ ਜੀ ਪਹਿਲਾਂ ਸਵੇਰੇ 7 ਤਰੀਕ ਨੂੰ ਉਹਨਾਂ ਨੇ ਕੁੱਟਮਾਰ ਕੀਤੀ, ਘਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਉਹਨਾਂ ਨੇ ਨਿਹੰਗ ਲਿਆਂਦੇ ਅਣਪਛਾਤੇ ਬੰਦੇ ਨਾਲ ਆਏ ਉਹਨਾਂ ਦੇ। ਕੌਣ ਸੀ ਉਹ ਬੰਦੇ? ਜੀ ਉਹੀ ਜਾਣਦੇ, ਅਸੀਂ ਨਹੀਂ ਜਾਣਦੇ। ਰੌਲਾ ਕਿਹਦੇ ਨਾਲ? ਰੌਲਾ ਸਰਬਜੀਤ ਨਾਲ ਆ। ਉਹ ਕੌਣ? ਉਹ ਮੇਰਾ ਭਰਾ ਹੀ ਆ, ਇਹਨਾਂ ਦਾ ਬੇਟਾ ਹੀ ਆ, ਮੇਥੋਂ ਵੱਡਾ। ਉਹ ਬੇਦਖਲਾ ਘਰ 'ਚੋਂ ਔਰ ਉਹ ਜ਼ਬਰਦਸਤੀ ਕੰਧ ਕਢਾਉਂਦੀ ਸੀਗੀ, ਅਤੇ ਅਸੀਂ ਜਦੋਂ ਇਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕੀਤੀ, ਅਸੀਂ ਫੋਨ ਕੀਤੇ ਆਈ ਜੀ ਨੂੰ, ਫੋਨ ਕੀਤਾ SSP ਨੂੰ, ਫੋਨ ਕੀਤਾ DSP ਨੂੰ, ਕੀਤਾ 100 'ਤੇ, ਕੀਤਾ 112 'ਤੇ, ਕੀਤਾ ਮੈਣੇ ਥਾਣੇ ਦੇ ਮੁਨਸ਼ੀ ਨੇ ਕਿਸੇ ਨੂੰ ਨਹੀਂ ਭੇਜਿਆ, ਇੱਕ ਥਾਣੇਦਾਰ ਭੇਜਿਆ, ਉਹ ਫੋਟੋ ਖਿੱਚ ਕੇ ਮੁੜਿਆ ਇਕੱਲੇ, ਉਹਨੇ ਕੁਛ ਨਹੀਂ ਕਿਹਾ ਲਿਆ। ਉਹ ਸਾਨੂੰ ਲਾਂਭੇ ਦੇਣ ਲੱਗ ਗਿਆ, ਕਹਿੰਦਾ ਮੈਂ ਡਿੱਗਦਾ ਆ, ਮੈਂ ਢਹਿੰਦਾ ਆ, ਉਹ ਤਨਖਾਹ ਲੈਂਦਾ ਸਾਡੇ ਲਈ, ਥੋੜ੍ਹੀ ਡਿੱਗਣ ਢਿੱਗਣੇ ਲਾਂਭੇ ਲੈਣੇ। ਇਹ ਗੱਲਾਂ ਸਾਰੀਆਂ ਮੈਣੇ ਥਾਣੇ ਦੇ ਹੱਕ 'ਚ ਹੋਈਆਂ, ਉਹਨਾਂ ਨੇ ਜਾਣ ਬੁੱਝ ਕੇ ਇਹ ਤਮਾਸ਼ਾ ਕਰਵਾਇਆ ਉਹਨਾਂ ਤੋਂ। ਮੇਰੀ ਮਾਂ ਨੂੰ ਪਹਿਲਾਂ ਕੁੱਟਮਾਰ ਕੀਤੀ, ਫਿਰ ਤਿਲ ਪਾ ਕੇ ਅੱਗ ਲਾ ਦਿੱਤੀ। ਇਹ ਇੱਕ ਪਰਿਵਾਰਕ ਮੈਂਬਰ ਦੀ ਆਪਸ ਵਿੱਚ ਲੜਾਈ ਹੈ, ਕੁਛ ਉਹਦਾ ਬੱਚਾ ਜਿਹੜਾ ਸਰਬਜੀਤ ਨੇ ਕਾਫੀ 19 ਸਾਲਾਂ ਤੋਂ ਕਹਿੰਦੀ ਮੈਂ ਬੇਦਖਲ ਕੀਤਾ, ਅਤੇ ਉਹ ਘਰ ਖੁਦ ਨਿੱਜੀ ਤੌਰ 'ਤੇ ਦੁਆਰ ਬਣਾ ਰਿਹਾ ਸੀ, ਅਤੇ ਕੁਛ ਪਿੰਡ ਦੀ ਪ੍ਰਧਾਨ ਗੁਰਮੀਤ ਸਿੰਘ ਦਾ ਨਾਂ ਲੈ ਰਹੀ, ਵੈਸੇ ਪੂਰੀ ਜਾਂਚ ਪੜਤਾਲ ਕਰ ਰਹੇ ਹਾਂ। ਬਿਆਨ ਲੈਣ ਗਏ ਸੀ, ਹਜੇ ਮਾਤਾ ਥੋੜ੍ਹੀ ਜਿਹੀ ਨੇ ਅਨਫਿਟ ਹੈ, ਅਤੇ ਹੋ ਸਕਦਾ 4:30 ਵਜੇ ਦੁਆਰਾ ਮੈਂ ਫਿਰ ਬਿਆਨ ਲੈਣ ਜਾਊਂਗਾ। ਚੜ੍ਹਦੀ ਕਲਾ ਟਾਈਮ TV ਲਈ ਮੋਗਾ ਤੋਂ ਸਰਬਜੀਤ ਸਿੰਘ ਰੋਲੀ ਦੀ ਰਿਪੋਰਟ।